अस्सलाम वालेकुम जी, की हाल चाल ने दोस्तों? खैर खैरियत दे नाल हो, ठीक ठाक हो? मैं सियालकोट दे विच मौजूद हाँ, और इस टाइम जनाब उस्ताद मलक महमूद इंडस्ट्री स्पोर्ट्स की छत ते मौजूद हाँ, चाइना चौक सियालकोट, उन्हां दी डेरे वाली छत ते मैं मौजूद हाँ। देखो मेरी आवाज़ और पिक्चर क्वालिटी ठीक है, फिर तुहानू उन्हां दे ब्रीडर कबूतरां दा भी शौक करवाने हैं। और मेरे सामने बैठे उस्मान भाई, मैं तकरीबन अरसा 10 साल तो इस छत के उपर आ रहा, और बड़ा ही माशाल्लाह इन्हों का अच्छा शौक है, और बड़ा यूनिटी का, बड़ा ग्रुपबंदी का, बड़ी दफबंदी का इन्हों का शौक है। सियालकोट के बड़े बड़े ग्रैंड टूर्नामेंटा के मतलब कारकर्दगी होंगी है, और लाजमी शमूलियत इख्तियार करते। मैं क्या शाम का टाइम है, साढ़े को रोशनी का जोड़ा एज है उन्होंने मैं यू इस्तेमाल करना चाहता सी, और तुम फिर उन्होंने ब्रीडर कबूतर का शौक कराना। गपशप बाद लाने तुम पहले कबूतर दिखाने, लास्ट से फिर उन्होंने गपशप करा। हनी भाई सर आओ इतो, लो जी सब तो पहले मैं उस्ताद होनी बैठे उस्ताद गुलजार साहब सामने, और नाल बैठे उस्मान भाई, गपशप लाने पहले थोड़ा जहा मैं कबूतर का शौक करा लवा तुम। लो जी पहली बाल दे उत्ते ही उन्होंने छक्का मारिया, ऐसा जबरदस्त कबूतर दिखाया डबल आ, ब्लड वाइज, ब्रीड वाइज और स्ट्रक्चर वाइज, क्या बात है, बाकमाल कबूतर है माशाल्लाह, रंग दा, नस्ल दा, कटिंग शेप दा बहुत अच्छा। माशाल्लाह जी माशाल्लाह, बड़ा अलग कबूतर, मजबूत मेरे को 50-60 साल फिर तोर के नहीं आंजी। बड़ा ही एंटीक कबूतर है, दिखाओ सर जी टैडी कबूतर है, सलारा टैडी, लो जी देखो दोस्तों सलारा टैडी कबूतर, इधर आया कुर्सी ले आ, बहुत अच्छा कबूतर है जी सलारा भी, बड़ी परवाज का मालिक है, परां दी लेंथ भी देखो कितनी जबरदस्त है। माशाल्लाह लो जी ਐ ਨਾਰੇ ਕਿ ਮਾਦੀ ਮਾਦੀ ਲੱਗ ਇਹ ਵੀ ਨਾਰੇ ਇਹਦਾ ਪੁੱਤਰ ਏ ਪਿਛਲੇ ਡੱਬ ਵਾਲੇ ਦਾ ਉਹ ਜੀ ਜਿਹੜਾ ਪਹਿਲਾ ਕਬੂਤਰ ਦਿਖਾਇਆ ਹੈ ਕਿ ਉਹਦਾ ਪੁੱਤਰ ਹੈ ਇਹਦੇ ਬੱਚੇ ਹੋ ਗਏ ਨਾ ਵੀ ਬੜੇ ਹੋ ਗਏ देखो जी टैडी कबूतरी कैसी है,
ਬੜੇ ਅੱਛੇ ਕਮੋਰੇ ਦੀ ਬੜੇ ਲੰਬੇ ਕੰਮ ਲਾਈਏ ਬੱਚੇ ਸ਼ਾਮ ਨੂੰ ਬੈਠੇ ਜਿੰਨਾ ਵੀ ਲਾਈ ਵੀ ਸ਼ਾਮ ਨੂੰ ਤਾਜੀ ਤੇ ਸੇਠ ਹਲੀ ਲੱਗਣ ਡਈ ਮੇਲ ਹੈ ਵਿੱਚ ਪਰ ਉਹ ਨਾ ਟਾੜੀ ਲਾਇਆ ਨਾ ਜਿਹੜਾ ਇਹਨੂੰ ਵੀ ਸ਼ਾਮ ਤੱਕ ਮੋਤੀਆਂ ਲਾ ਉਹਨੂੰ ਵੀ ਸ਼ਾਮ ਤੱਕ ਸੱਸੇ ਰਾਂ ਜੇੜ ਚ ਬੈਠੇ ਨੇ ਲੋ ਜੀ ਦੇਖੋ ਲੋਕੀ ਕਹਿੰਦੇ ਸੇਠ ਹਲੇ ਉੱਠਦੇ ਨਹੀਂ ਆ ਤੇ 7-7 ਵਜੇ ਤੱਕ ਦੀਆਂ ਰਿਕਾਰਡ ਪਰਵਾਜ਼ਾਂ ਨੇ ਇਹਨਾਂ ਦੀ ਇਹਦੇ ਬੱਚਿਆਂ ਦੀ ਇਹਦੇ ਬੱਚਿਆਂ ਦੀ ਮੋਤੀਆਂ ਦਾ ਚੂਹਾ ਲਾਇਆ ਸੀ ਉਹ ਟੁੱਟੀ ਕੁੱਤਰ ਗਰੀਬ ਘਰ ਨਹੀਂ ਹੋਰ ਮਜ਼ਾ ਆ ਗਿਆ ਬਾਕੀ ਕਬੂਤਰੀ ਦਾ ਜਿਸਮ ਦੇਖ ਕੇ ਪਰ ਦੇਖ ਕੇ ਰੰਗ ਦੇਖ ਕੇ ਬਹੁਤ ਅੱਛੇ ਸਰ ਮਾਸ਼ਾਅੱਲਾ ਏਡੇ ਵਜੂਦ ਦੀਆਂ ਮਾਦੀਆਂ ਬਹੁਤ ਘੱਟ ਮਿਲਦੀ ਭਾਈਆ ਗੱਡੀ ਕੱਢਣੀ ਹੈ ਆਪੀ ਘਰ ਲੈ ਗਾ ਗੰਗ ਪਾ ਲੈ ਆਪਣੀ ਗੱਡੀ ਜੀ ਕੋਈ ਬਹੁਤ ਆਲਾ ਸਿਆਲਕੋਟੀ ਕਬੂਤਰ ਦਾ ਸ਼ੌਕ ਕਰਾਓ ਲੱਗਦਾ ਜਿੱਦਾਂ ਉਹਨੇ ਕੰਮ ਵਿਖਾ ਦਿੱਤਾ ਹੈ ਕਿੰਨੇ ਸਾਲ ਬਾਅਦ ਆਏ ਹੋ ਸਾਜੀ ਤੁਸੀਂ ਸਿਆਲਕੋਟੀ ਕਬੂਤਰਾਂ ਦਾ ਸ਼ੌਕ ਕਰਾਉਣਾ ਮੈਂ ਭਾਈ ਇੱਧਰ ਆਓ ਨਾ ਤੁਸੀਂ ਇੱਧਰ ਆਓਗੇ ਤੇ ਹੱਥ ਸਹੀ ਹੋਏ ਇਹ ਕਬੂਤਰ ਲਾਇਆ ਸੀ ਉਸ ਮਾਜੀ ਨਾਲ ਸ਼ਾਮ ਤੱਕ ਬੱਚੇ ਬੈਠੇ ਪਿਛਲੇ ਸਾਲਾਂ ਵਿੱਚ ਰਾਤਾਂ ਬੱਚੇ ਦਾ ਲਓ ਜੀ ਦੇਖੋ ਕੈਸਾ ਹੈ ਸਾਜੀ ਤੁਹਾਡੇ ਘਰੋਂ ਆਇਆ ਬੜੀ ਵੱਡੀ ਬਾਡੀ ਦਾ ਕਬੂਤਰ ਹੈ ਕਬੂਤਰ ਬਹੁਤ ਬੇਮਿਸਾਲ ਹੈ ਇਹ ਕਬੂਤਰ ਜਿਹੜੇ ਬੱਚਿਆਂ ਦੇ ਬੱਚੇ ਪੁੱਤਰਾਂ ਪੁੱਤਰਾਂ ਬਣਾਉਂਦੇ ਨੇ ਸ਼ਾਮ ਤੱਕ ਜੇੜ 'ਚ ਇਹਦੇ ਬਣਾਉਂਦੇ ਨਸਲ ਸਾਈਡ ਸੀ ਇਹਦੇ ਬੱਚੇ ਬਣਾਉਂਦੇ ਸੀ ਜੋੜਾ ਲਾਇਆ ਬਥੇਰੀ ਮਾਦੀ ਲੱਗੀ ਜੀ ਗਾਂਧੀਆਂ ਨੇ ਬਥੇਰੀ ਮਾਦੀ ਲੱਗੀ ਜੀ ਇਹਦੇ ਹੈਲੋ ਅੱਛਾ ਜੀ ਹਾਂ ਅਸਲ ਹੀ ਜੇੜ 'ਚ ਉੱਡੇ ਨੇ ਸ਼ਾਮ ਸ਼ਾਮ ਤੱਕ ਮੇਰੇ ਉਹ ਇੱਧਰ ਆ ਗਏ ਮੁਜਸਰੀ ਆਇਆ ਜੀ ਮੁਜਸਰੀ ਮੈਂ ਤੁਹਾਨੂੰ ਵੇਖ ਲਈ ਜਾ ਕੇ ਜੀ ਦੋਸਤੋ ਦੇਖੋ ਇਹਦਾ ਮੂੰਹ ਵੀ ਇਹਦੀ ਮੂੰਹ ਦੀ ਸ਼ੇਪ ਵੀ ਵੱਖਰੀ ਹੈ ਆਹੋ ਰਹਿਣ ਦੇ ਸਵੇਰੇ ਵੇਖੀ ਜਾ ਜੀ ਹਨੇਰਾ ਪੈ ਜਾਣਾ ਹਾਂ ਬੁਲਾਉਣ ਦੇ ਮੈਂ ਕਿਹਾ ਹਨੇਰਾ ਪੈ ਜਾਣਾ ਕੌਣ ਦੇਖੇ ਪੁਰੇ ਵਾਲੇ ਉਹਨਾਂ ਨੂੰ ਕੱਲ ਦਾ ਰੱਖੋ ਕੋਈ 5 ਕੁ ਵਜੇ ਦਾ ਜਾਣ ਲੱਗਿਆ ਜੀ ਦੋਸਤੋ ਇਹਦਾ ਮੂੰਹ ਦੇਖੋ ਔਰ ਮੂੰਹ ਦੀ ਸ਼ੇਪ ਦੇਖੋ ਕੈਸੀ ਵੱਖਰੀ ਸ਼ੇਪ ਹੈ ਤਾਂ ਮੂੰਹ ਦੇਖੋ ਐਨ ਬਿਲਕੁਲ ਲੰਬਾ ਮੂੰਹ ਹੈ ਸਲਾਈਡ ਨੁਮਾ ਬਹੁਤ ਹੀ ਅਲੱਗ ਕਬੂਤਰ ਹੈ ਔਰ ਦੱਸ ਰਹੇ ਆ ਕਿ ਵੀ ਇਹ ਬਹੁਤ ਲੰਬੇ ਚੌੜੇ ਬੱਚੇ ਉਡਾਉਂਦੇ ਆ ਦਿਖਾ ਦਿਓ ਕੋਈ ਨਹੀਂ ਅੰਡਿਆਂ ਤੇ ਫਿਰ ਸਾਜੀ ਕਿਹੜਾ ਵਿੱਚ ਅੰਡੇ ਆਉਣੇ ਆ ਖੜ ਕੇ ਪਿਆਰ ਨਾਲ ਸ਼ਕਲ ਸ਼ਕਲ ਦਿਖਾ ਦਿਓ ਉਸੇ ਜਾਣ ਔਰ ਕੋਈ
ਮੌਸਮ ਸਾਰੇ ਹਾਂਜੀ ਡੱਬ ਵਾਲੇ ਜੋ ਜੋੜਾ ਲਾਇਆ ਜਿਹੜੇ ਬੱਚੇ ਸ਼ਾਮ ਨੂੰ ਪਿੰਡ ਦੇ ਮੌਸਮ ਪੱਟੀ ਕੋ ਆਹੋ ਜਿਹੜੀਆਂ ਉਹਦੇ ਦੇ ਉੱਥੋਂ ਜੋੜਾ ਮੈਂ ਲਾਇਆ ਸੀ ਨਾ ਡੱਬ ਵਾਲਾ ਹਾਂਜੀ ਜਿਹਦੇ ਬੜੇ ਬਣਾਏ ਸਾਂ ਹਾਂਜੀ ਇਹ ਉਹ ਧੀਆਂ ਉਹਦੀਆਂ ਇਹ ਸ਼ਾਮ ਤੱਕ ਰੁੱਟੀਆਂ ਇੱਥੇ ਅਤੇ ਬੱਚੇ ਉਡਾਉਂਦੀਆਂ ਨੇ ਸ਼ੁਰੂ ਤੋਂ ਲਾ ਕੇ ਬੱਚੇ ਤੋਂ ਲੱਗ ਕੇ ਬੇਮਿਸਾਲ ਕਬੂਤਰ ਨੇ ਸਿਆਲਕੋਟੀ ਜਿਹੜੇ ਤੁਹਾਡੇ ਕੋਲ ਕਬੂਤਰ ਉਹਨਾਂ ਨਾਲ ਇਹੋ ਜਿਹੇ ਤੇਜ਼ ਕਬੂਤਰ ਲੱਗਦੇ ਆ ਤੇ ਫੇਰ ਹੀ ਕੰਮ ਬਣਦਾ ਨਾ ਜੀ ਕੋਈ ਕ੍ਰੋਸ ਬਣ ਜਾਂਦਾ ਅੱਛੇ ਕਬੂਤਰ ਜ਼ਰਾ ਸਪੀਡਰ ਬਣ ਜਾਂਦੇ ਜ਼ਰਾ ਲਓ ਬਾਈ ਚਲੋ ਮੈਂ ਹੀ ਲਾਇਆ ਤੇ ਮੈਂ ਕਹਿੰਦਾ ਮੈਂ ਲਾਇਆ ਤੇ ਮੈਂ ਪਹਿਲਾਂ ਛਕੇ ਸੀ ਮੇਰੇ ਬਾਬਲ ਛੱਤ ਜੀ ਹੋਈ ਮੇਨ ਛੱਤ ਮੇਰੀ ਹੈ ਨਾ ਅੱਛਾ ਇੱਥੋਂ ਹੀ ਬਾਰੀਆਂ ਜੇ ਕੋਈ ਫਸਲ ਮੈਂ ਇੱਥੋਂ ਲਾਉਣੀਆਂ ਹੁੰਦੀਆਂ ਇੱਥੋਂ ਹੀ ਸਾਰੀਆਂ ਇੱਥੋਂ ਹੀ ਐਂਟਰੀਆਂ ਇੱਥੋਂ ਹੀ ਬਾਰੀਆਂ ਇੱਥੋਂ ਹੀ ਬਾਰੀਆਂ ਜਾਂ ਮੌਸਮ ਬਾਰੀਆਂ ਮੇਨ ਇੱਥੋਂ ਮੈਂ ਲਾਉਣਾ ਬਾਰੀ ਵੱਡੀ ਸ਼ਹਿਰ 'ਚ ਫਸਲਾਂ ਨੇ ਇੱਥੋਂ ਮੈਂ ਲਾਉਣਾ ਹੋ ਜਾ ਨਾ ਮਜ਼ੇ ਕਰੋ ਨਾ ਮੌਸਮ ਕਰੋ ਨਾ ਦੂਜਿਆਂ ਕੋਲ ਤੀਜਿਆਂ ਕੋਲ ਉਹ ਮੇਰਾ ਫਲੀਫ ਹੈ ਬਾਬਰ ਸ਼ਗਿਰਦ ਪੱਕਾ ਪੱਕੇ ਸ਼ਗਿਰਦ ਹੋਰ ਹੁੰਦੇ ਨੇ ਦੂਜੇ ਸ਼ਗਿਰਦ ਹੋਰ ਹੁੰਦੇ ਨੇ ਪੱਕੇ ਹੁੰਦੇ ਨੇ ਜਿਹਨੂੰ ਜਿਹੜੀ ਗੱਲ ਭੋਕੇ ਭਾਵੇਂ ਨੁਕਸਾਨ ਭਾਵੇਂ ਫਾਇਦਾ ਹੋਵੇ ਸਹੀ ਦੂਜੇ ਸ਼ਗਿਰਦ ਆਉਂਦੇ ਨੇ ਕਬੂਤਰ ਲਏ ਉਹ ਗਏ ਦੂਜੇ ਲਏ ਉਹ ਦਵਾਈ ਲਈ ਹੋ ਗਏ ਇਹ ਸ਼ਗਿਰਦ ਦੇ ਇਹਦਾ ਚਾਚਾ ਵੀ ਸ਼ਗਿਰਦ ਸਿੰਘ ਸਟਾਰ ਜੀ ਤੁਸੀਂ ਮਿਸਤਰੀ ਦੀਨ ਸਾਹਿਬ ਦੇ ਨਾਲ ਵੀ ਤੁਹਾਡੀਆਂ ਮੁਲਾਕਾਤਾਂ ਰਹੀਆਂ 17 ਸਾਲ ਤੁਸੀਂ ਉੱਥੇ ਜਾਂਦੇ ਰਹੇ ਹੋ ਆਉਂਦੇ ਰਹੇ ਹੋ ਜ਼ਿੰਦਗੀ ਦਾ ਇੱਕ ਅਰਸਾ ਗੁਜ਼ਰਿਆ ਉਹਨਾਂ ਦੇ ਹਵਾਲੇ ਨਾਲ ਕੀ ਕਹਿਣਾ ਚਾਹੋਗੇ ਕੈਸੇ ਉਸਤਾਦ ਸੀ ਤੁਸੀਂ ਮੀਆਂ ਨਜ਼ੀਰ ਨਾਲ ਵੀ ਮੁਲਾਕਾਤ ਹੋਈ ਮਿਸਤਰੀ ਦੀਨ ਨਾਲ ਦੋਨਾਂ ਸ਼ਖਸੀਅਤ ਦੇ ਬਾਰੇ ਕੋਈ ਥੋੜ੍ਹਾ ਜਿਹਾ ਦੱਸੋ ਮਿਸਤਰੀ ਦੀਨ ਕੌੜਾ ਬੰਦਾ ਸੀ ਅੱਛਾ ਬੰਦਾ ਠੀਕ ਸੀ ਉਹ ਕੌੜਾ ਸੀ ਉਹ ਸਿੱਖਣਾ ਬੜਾ ਔਖਾ ਸੀ ਅੱਛਾ ਹਾਂ ਕੁਛ ਗੱਲਾਂ ਸਹੀਆਂ ਨੇ ਪਰ ਉਹ ਫੜਾਈ ਨਹੀਂ ਦਿੰਦਾ ਅੱਛਾ ਜੀ ਹਾਂ ਫੜਾਈ ਨਹੀਂ ਦਿੰਦਾ ਉਹਦਾ ਭਤੀਆ ਜਿਹੜਾ ਨਾ ਉਹ ਮੇਰਾ ਯਾਰ ਸੀ ਬਹੁਤ ਸਹੀ ਉਹ ਸੈਕਟਰੀ ਤੇ ਅਫਸਰ ਸੀ ਉਹਨੂੰ ਮੈਂ ਉਹਦਾ ਮੇਰਾ ਯਾਰ ਉਹਦੇ ਨਾਲ ਮੈਂ ਜਾਂਦਾ ਹਾਂ ਦੇਖ ਕਬੂਤਰ ਹੈ ਤਾਂ ਬਹੁਤ ਬੜੇ ਚੰਗੇ ਲੋਕਾਂ ਤੋਂ ਸਾਡੇ ਕੋਲ ਚੰਗੇ ਹੋਏ ਹੈ ਜੀ ਸਿਆਲਕੋਟੀ ਪਿਓਰ ਬਹੁਤ ਆ ਰੱਖੇ ਹੀ ਉਹ ਜਿਹੜੇ ਬੱਚੇ ਡਾਂਸ ਪਕਾ ਫਟਾਫਟ ਹੀ ਉਹ ਗਏ ਐਸੇ ਕਬੂਤਰ ਮਜ਼ਾ ਆ ਗਿਆ ਦੇਖ ਬੜੇ ਬੜੇ ਤਕੜੇ ਕਬੂਤਰ ਨੇ ਜਵਾਬ ਨੀ ਪਾਈ ਇਹਨਾਂ ਦੇ ਸਮਝਦਾਰੀ ਬੱਚੇ ਡਾਂਗ ਬੜੀ ਗੱਲ ਮੇਰੇ ਘਰ ਦੀ ਅਲੀ ਵਾਲੀ ਮੈਨੂੰ ਭੁੱਲ ਗਈ ਮੈਂ ਬੱਚਾ ਹੁੰਦਾ ਮੈਨੂੰ ਬੱਚੇ ਬਹੁਤ ਆਉਂਦਾ ਬਚਪਨ ਦੀ ਕੜੀਆਂ ਪਈਆਂ ਨੇ
ਕਿੰਨੇ ਚਿਰ ਦੀ ਹੋ ਗਈ ਸਾਲ ਜਾਂ ਹੋਈ ਨਹੀਂ ਪਹਿਲੇ ਤਾਂ ਕਈ ਹੋ ਗਿਆ ਹਾਂ ਬੱਚਾ ਇਹ ਕਿ ਬੱਚਾ ਭਾਲਿਆ ਇਹ ਬਣਨਾ ਨਹੀਂ ਹੋਇਆ ਇਹ ਬੜੀ ਗਾੜੀ ਹੋਈ ਦੀ उस्ताद गुलजार साहब के घर के अली वाले कबूतरा पहले दाके की पट्ठी है हले लो सर मैं इंटरव्यू कर लूंगा एक दो और दिखा दे कबूतर कोई चूहा टाइप छाता वाला टाइप कोई इस तरह ਖਰਾਬ ਹੋ ਜਾਣਾ ਉਹਨਾਂ ਮੈਂ ਹਰ ਦੱਸ ਫਿਰ ਖਰਾਬ ਹੋ ਜਾਣਾ ਉਹ ਤਾਂ ਨਹੀਂ ਉੱਡਦਾ ਉਹਦੇ ਵਾਸਤੇ ਦੱਸ ਲਓ ਉਹਨਾਂ ਫਿਰ ਇੱਕ ਦੋ ਚੀਜ਼ਾਂ ਜੋ ਸਹੀਆਂ ਇੱਥੇ ਜਮਾਈਆਂ ਸਿਆਲਕੋਟ 'ਚ ਆ ਕੇ ਬਹੁਤ ਅੱਛੇ ਹੁੰਦੇ ਖਰਾਬ ਹੋਏ ਨੇ ਉਹਨਾਂ ਵਿੱਚ ਮੈਂ ਰਿਹਾ ਸੁਣ ਮੈਂ ਮੈਂ ਤੈਨੂੰ ਕਿਤੇ ਸਾਨੂੰ ਕਿਤੇ ਕਿਤੇ ਸਹੀ ਕਿਤੇ ਉਹਨੇ ਕਹਿੰਦਾ ਜੀ ਹਾਂਜੀ ਸਮਝ ਲਓ ਗੱਲ ਲਓ ਜੀ ਦਸ ਦਿਨ ਪੈਂਦੀਆਂ ਨੇ ਪੱਠਾ ਜਿਹਾ ਨਾ ਪੱਠੇ ਦਾ ਆਗੂ ਪਾਣੀ ਮਿਲੇਗਾ ਨਹਾਏਗਾ ਫਿਰ ਹੋਰ ਚੰਗਾ ਤੇ ਕਿਹੜਾ ਦੋ ਲਾਲ ਪਿਆਰਾ ਉੱਡਿਆ ਕਿਤੇ ਲੱਗੀਆਂ ਗੁਜਰਾਤ ਵਾਲੇ ਪਾਸੇ ਹਨ ਤੇ ਫੜਿਆ ਸੀ ਪਿਆਰੇ ਤੋਂ ਦੂਜੇ ਦਿਨ ਪਿਛਲੇ ਟਾਈਮ ਇਸ ਟਾਈਮ ਨੀ ਆ ਗਏ ਅੱਛਾ ਦੇਖ ਪੁੱਤਰ ਇਹ ਤਾਂ ਕਹਿ ਦਾ ਹੀ ਹੈ ਨਾ ਜਿਹੜਾ ਵੀ ਹੈ ਛੇ ਲੱਖ ਹੈ ਦੁਨੀਆ ਬਸ ਆਵਾਜ਼ ਜੀ ਭਲਾ ਸਭ ਦੁਨੀਆ ਮਾਸ਼ਾ ਅੱਲਾਹ ਜੀ ਦੋਸਤੋ ਹੈਂ ਹੁੰਦਾ ਵੇ ਬੜਾ ਅੱਛਾ ਇਹ ਬਣਾਉਂਦੇ ਨੇ ਬਰੀਡ ਕਬੂਤਰ ਜਿਹਨੇ ਕਬੂਤਰ ਉੱਡਣਾ ਬਣਨਾ ਨਸਲ ਬਣਾਉਂਦੇ ਨੇ ਕਬੂਤਰ ਜੋੜਾ ਲਾਉਣ ਦਾ ਪਤਾ ਹੋਵੇ ਤਾਂ ਜਾ ਕੇ ਨਸਲ ਬਣਦੀ ਹੈ ਲਾਲ ਮੇਰੇ ਕੋਲ ਬੜੇ ਅੱਛੇ ਮਾਸ਼ਾ ਅੱਲਾਹ ਜੀ ਹੋਰ ਵੀ ਚੰਗਾ ਆਈ ਬਹੁਤੇ ਜੀਰੇ ਮਜ਼ੇ ਘੋਲਦੇ ਹੋਰ ਕੋਈ ਵੀ ਬੜੇ ਨੇ ਜਿਹਨੇ ਬਣਾਏ ਨੇ ਅੱਗੋਂ ਉਡਾਏ ਨੇ ਉਹਨੇ ਬਿਲਕੁਲ ਸਹੀ ਅੰਦਰੋਂ ਬਾਤ ਹੈ ਬਹੁਤ ਹਾਂ ਕੋਈ ਗੱਲ ਨਾ ਜਾਓ ਜੰਗਲੀ ਵਿਖਾਇਆ ਛੱਡਦਾ ਸੀ ਕਿ ਹੁਣ
बच्चा पलिया ही तो मैं देता निकलिया चल गया है प्यो जरा लाल भी कर काले भी कर और खान तो नहीं पलाज उ शाम तक सेल को उठा शाम तक लेर सेल ये ना कुछ शाम तक है लाई माती ये नाम है अपनी जेठ के हाट के भी शामा सिर बैठी है इन वा हो गया अच्छा जी माशाल्लाह ਹੋਰ ਵੀ ਚੰਗੇ ਆ ਜੇ ਨਹੀਂ ਬਸ ਹੋਰ ਵੀ ਆਣੇ ਲੇਕਿਨ ਦੂਸਰੇ ਨੇ ਕ੍ਰਾਸ ਰੂਟ ਨੂੰ ਸਮੇਂ ਵਿੱਚ ਜੋੜੇ ਨੇ ਉਹ ਪੇੜੇ ਟੈਡੀ ਨੂੰ ਵੀ ਕਾਫੀ ਹਾਂ ਉਹ ਲੋਕ ਹਾਂ ਟੈਡੀ ਤੇ ਟੈਡੀ ਬਾਹਰ ਸਾਜੀ ਇਸ ਤਰ੍ਹਾਂ ਕਮਰੇ ਦੇ ਅੰਦਰ ਕਬੂਤਰ ਰੱਖਣ ਨਾਲ ਕਮਜ਼ੋਰ ਨਹੀਂ ਹੋ ਜਾਂਦੇ ਕਮਜ਼ੋਰ ਧੁੱਪ ਲੱਗੇ ਕਬੂਤਰ ਨਹੀਂ ਕਰਦਾ ਸਾਜ ਮੁਹਾਈ ਮੁਹਾਈ ਹੋਵੇ ਧੁੱਪ ਲੱਗੇ ਅੱਡੀ ਚੱਕ ਦੋਨੋਂ ਜੋ ਧੁੱਪ ਨਾ ਕਬੂਤਰ ਵਾਸਤੇ ਅੰਦਰ ਤਾਂ ਬਰਬਾਦ ਹੋ ਜਾਂਦੇ ਸਾਡੇ ਹੋਏ ਨੇ ਕਮਰਿਆਂ 'ਚ ਰਹਿ ਲੈ ਕੇ ਉਹ ਮੁੰਡੇ ਦੇਖੇ ਪਿਆਜ਼ ਦੇ ਕੈਸੇ ਕਬੂਤਰ ਨੇ ਸ਼ਹਿਰ ਗੇਰ ਕੈਸੇ ਕਬੂਤਰ ਨੇ ਧੁੱਪ ਜਾ ਲੈਣਾ ਇਹਨਾਂ ਕੋਈ ਜਗ੍ਹਾ ਬੜੀ ਹੈ ਇਹਨਾਂ ਨੂੰ ਇਹਦੇ ਵੀ ਬੱਚੇ ਹਰ ਵਾਰੀ ਜਿਹੜਾ ਮੋਰਾਂ ਲਵਾਉਂਦੇ ਹੁਸ਼ਿਆਰਪੁਰ ਦੀ लो जी दोस्तों देखो बड़ा ही मेरा प्यारा कबूतर आया है कलर मैं बहुत पसंद है दिखाना जी रस्ता जी माती ਇਹ ਨਾ ਸ਼ਾਮ ਤੱਕ ਬੱਚੇ ਬੈਠੇ ਨੇ ਪੰਜ ਪੰਜ ਛੇ ਛੇ ਵਜੇ ਹੋਰ ਡੈਡੀ ਦੇ ਆ ਮਾਤਾ ਮਾਸ਼ਾਅੱਲਾ ਜੀ ਸਾਜ ਬਹੁਤ ਵੱਡਾ ਕੁਦਰਤੀ ਵੱਡਾ ਪੈਂਚੀਆਂ ਬਣਾ ਉਹ ਸਹੀ ਹੈ ਉਹਦੀਆਂ
ਜਿਹੜੀਆਂ ਬੱਚੀਆਂ ਢਾਂਦੀਆਂ ਪੜਨੀਆਂ ਬੜੀਆਂ ਸੀ ਕਦੇ ਪੜੇ ਹੀ ਨਹੀਂ ਆਏ ਝੂਠੇ ਉਹਦਾ ਖੁੱਲਾ ਦਰਦੇ ਨਹੀਂ ਪੜਨ ਡੇ ਇਹਨਾਂ ਨੂੰ ਹਾਂ ਅਕਾਂ ਮਾਰਦੀਆਂ ਇਹ ਮਾਦੀ ਹੈ ਹਾਂ ਮਾਦੀਆਂ ਨੇ ਮੈਂ ਬੜਾ ਅੱਲਾ ਜੋੜਾ ਲਾਇਆ ਸਾਹ ਜੀ ਸ਼ਾਮ ਨੂੰ ਜੇਠ 'ਚ ਬੱਚੇ ਬਹਿੰਦੇ ਮੈਂ ਸਾਰੇ ਘਟਵਾ ਆਣੇ ਆਪੀ ਜਿਹੜਾ ਨਾ ਆਪੀ ਸ਼ਾਮਾਂ ਸੀ ਤਾਂ ਬੈਠੇ ਆਪੀ ਗਾਂ ਵਾਸਤੇ ਬੰਦ ਸਾਡਾ ਦਿਲ ਨਹੀਂ ਕਰਦਾ ਇਹਨਾਂ ਨੂੰ ਲਾਇਆ ਫਿਰ ਅਸੀਂ ਭਰਾ ਨੂੰ ਪਾਸ ਪਾ ਦਿੰਦਾ ਐਡੇ ਅੱਛੇ ਬਲੱਡ ਦੇ ਕਬੂਤਰ ਨੇ ਆਇਆ ਲੋ ਬਾਈ ਸਾਈ ਦਿਖਾਓ ਅਭੀ ਭੈਣ ਇਹਦੀ ਉਸੇ ਵੱਡੇ ਪੁੱਤੋਂ ਦੀ ਕੁੜੀਆਂ ਪੈਂਤੀਆਂ ਨੇ ਮੇਰਾ ਪਹਿਲਾਂ ਵਿਖਾਇਆ ਤੇਰੇ ਵਡਾਈ ਦੇ ਕੋਈ ਨਹੀਂ ਵੱਡੇ ਦੇ ਮੈਂ ਵੱਡੇ ਦੇ ਨਹੀਂ ਵਡਾਇਆ ਤੂੰ ਜੋੜੇ ਪਾਉਂਦੇ ਹਾਂ ਸਾਰੇ ਅਸੀਂ ਜੇਠ ਚ ਨਹੀਂ ਬਹਿੰਦੇ ਥੋੜ੍ਹਾ ਨਾਰਮਲ ਹੋ ਕੇ ਗਏ ਸਾਹਮਣੇ ਬਹਿੰਦੇ ਨਹੀਂ ਰਾਤ ਪੈ ਜਾਂਦੀ ਹੈ ਅੱਛਾ ਅੱਲਾ ਕਰਮ ਕਰੇ ਨਾਰਕਟ ਲੱਗੇ ਨਾਲ ਟਾੜੀ ਲਾਏ ਨੇ ਅਸਮਾਨ ਬਾਈ ਮਾਸ਼ਾਅੱਲਾ ਬਹੁਤ ਅੱਛਾ ਸ਼ੌਕ ਤੁਸੀਂ ਕੀਤਾ ਬੜੇ ਅੱਛੇ ਜਿਸਮਾਂ ਦੇ ਬੜੇ ਅੱਛੇ ਪਰਾਂ ਦੇ ਕਬੂਤਰਾਂ ਦੀ ਬਹੁਤ ਅੱਛੀ ਤੁਸੀਂ ਬੈਲੈਂਸ ਕਰਕੇ ਨਾ ਜੀ ਆਪਣਾ ਸ਼ੌਕ ਸਾਰਾ ਕੀਤਾ ਹੋਇਆ ਮਾਸ਼ਾਅੱਲਾ ਜ਼ਬਰਦਸਤ ਕਿੰਨੀ ਦੇਰ ਹੋ ਗਈ ਤੁਹਾਨੂੰ ਇੱਥੇ ਸ਼ੌਕ ਕਰਦੇ ਆ ਪ੍ਰੋਪਰ ਆਪਣੇ ਬਾਜ਼ੀ ਖੇਡ ਰਿਹਾ ਇਸ ਛੱਤ ਨੂੰ ਕਿੰਨੇ ਸਾਲ ਹੋ ਚੱਲੇ ਸਾਲਾਂ ਚ ਪੰਜ ਬਾਰਾਂ ਮੋਟਰਸਾਈਕਲਾਂ ਨੌ ਫਰਿੱਜਾਂ ਕੋਈ ਟੀਵੀ ਵੀ ਜਿੱਤੇ ਹਨ ਜੁੱਤ ਕੇ ਬਾਦੀ ਨਾਸੀ ਮਾਦੀ ਬਹਿਣ ਜੁੱਤ ਕੇ ਬਹਿਣ ਥੱਲੇ ਪਤਾ ਨੀ ਕਿੱਦਾਂ ਕਬੂਤਰ ਨੂੰ ਉੱਪਰ ਆਇਆ ਨਾਲ ਹੀ ਲੱਗ ਗਿਆ ਉਹ ਪਿੱਛੇ ਛੱਤ ਦੇ ਨਾਲ ਗਿਆ ਤੂੰ ਮੁਨਸਮਾਨ ਕਬੂਤਰ ਕਾ ਉਹਨਾਂ ਕਿਹਾ ਤੁਹਾਡਾ ਸਾਨੂੰ ਹੋੜ ਗਿਆ ਸਾਡਾ ਨਹੀਂ ਸੀ ਕੋਈ ਛੱਤ ਘੱਟ ਰਹੀ ਉਹਨਾਂ ਨੂੰ ਉਹਨੇ ਕਿਹਾ ਜੀ ਹਾਂਜੀ ਰਫੜ ਪਾ ਬੈਠੇ ਅਸਾਂ ਕਿਹਾ ਕੋਈ ਗੱਲ ਨਹੀਂ ਮੇਰੇ ਸਾਰੇ ਸਿਆਲਕੋਟ ਜੋ 50-60 ਛੱਤਾਂ ਜਿੱਤਣਾ ਬੜਾ ਮੈਨੇ ਹਾਂ ਨਾਲੇ ਗਰਮੀ ਸਾਡੇ ਜਿਉਂ ਜਿਉਂ ਗਰਮੀ ਪੈਣੀ ਸਾਡੇ ਹੋ ਗਏ ਨੇ ਹਰ ਵਾਰੀ ਮੁਨਸਬ ਨੂੰ ਤਰਜੀਹ ਦਿੱਤੀ ਹੈ ਜੋ ਮੁਨਸਬ ਦਾ ਫੈਸਲਾ ਸੀ ਉਹ ਹੀ ਮੰਨ ਮਾਸ਼ਾਅੱਲਾ ਨਾਲੇ ਗਰਮੀ ਚੁੱਡੇ ਨੇ ਕੌਲਾ ਨਹੀਂ ਕਦੀ ਪਾਇਆ ਹੁਣ ਵੀ ਜੇਠ ਸਿੰਘ ਮਸਨ ਕਬੂਤਰ 11-12 ਜਿੱਤਲੀਆਂ ਬਾਰੀਆਂ ਉਹਨਾਂ ਰਫੜ ਭਾ ਬੈਠੇ ਫਿਰ ਉਡਾਇਆ ਨੇ ਮੈਂ ਸੁਣ ਲਿਆ ਗੱਲ ਸਾਡੇ ਪਹਿਲੇ 2011 'ਚ ਬੈਠੇ 237 ਬਗੈਰ ਰਾਤ ਰਹਿ ਗਏ ਨੇ 9 ਕਬੂਤਰ ਰਾਤ ਰਹਿ ਗਏ ਕਿਉਂ ਜੀ 9 ਰਾਤ ਰਹਿ ਗਏ ਨੇ ਜੇਠ 'ਚ ਵੀ ਮਾਸ਼ਾਅੱਲਾ ਉਹ ਮੈਂ ਉਹਨੂੰ ਕਿਹਾ ਮੈਂ ਉਹ ਬੁਖਾਰ ਚੜਿਆ ਸੀ ਉਹਨੂੰ ਬਾਬਾ ਨੂੰ ਮੈਂ ਕਿਹਾ ਪੁੱਤਰ ਸਾਨੂੰ ਮਾਸਕ ਲਗਾਈ ਪੈਂਦੀ ਹੈ ਕਿ ਸਾਡੇ ਨੇੜੇ ਨਹੀਂ ਲੱਗਦੇ ਨੇੜੇ 'ਚ ਨਹੀਂ ਲੱਗਦੇ ਕਿਉਂਕਿ ਸਾਡੇ ਕੋਲ ਇੰਨਾ ਟਾਈਮ ਟੇਬਲ ਸਾਡੇ ਕੋਲ ਜਿਹੜਾ ਨਾ ਇਹ ਮਸਲਾ ਨੇੜੇ 'ਚ ਬਹਿਣ 'ਤੇ ਅੱਲਾ ਦੀ ਮਿਹਰਬਾਨੀ ਸਾਡੇ ਵੱਡੇ ਖਿਲਾੜੀਆਂ ਦੇ ਵਿੱਚ ਨਾ ਹੈ ਤੀਸਰਾ ਕਬੂਤਰ ਬੈਠਾ 11 ਦੇ ਵਿੱਚ ਤੇ ਰਾਤੀ 8 ਵਜੇ ਮਾਦੀ ਮਸਲ ਬਹਿੰਦੀ ਉਹ ਨਾਲ ਕੇ ਕਾਂਸੀ ਉੱਥੇ ਬਹਿ ਗਈ ਸੀ ਤੇ 100 ਤੇ ਕੁਛ ਘੰਟੇ ਬਣਾਏ ਹਨ 8 ਦੇ ਨਾਲ 102 ਘੋੜੇ 3 ਘੰਟੇ ਬਣਾਏ 8 ਦੇ ਨਾਲ ਤੇ 17ਵੇਂ ਨੰਬਰ ਤੇ ਹਜੇ ਅਸੀਂ ਸਿਆਲਕੋਟ ਦੇ ਵਿੱਚ ਐਸਾ ਕਿਹੜਾ ਹਰੀਫ ਹੈ ਜਿਹਦੇ ਨਾਲ ਬਾਜ਼ੀ ਖੇਡ ਕੇ ਤੁਹਾਨੂੰ ਬੜਾ ਮਜ਼ਾ ਆਉਂਦਾ ਅਸੀਂ ਹਜੇ ਤੱਕ ਬਾਜ਼ੀ ਤੇ ਨਹੀਂ ਕਿਸੇ ਨਾਲ ਲਾਈ ਟੂਰਨਾਮੈਂਟ ਖੇਡਦੇ ਟੂਰਨਾਮੈਂਟ ਹੀ ਕਰਨ ਡੇ ਜਾਂ ਸ਼ੌਕ ਠੀਕ ਹੈ ਕਿਉਂਕਿ ਬਾਜ਼ੀ ਨੂੰ ਅਸੀਂ ਤਰਜੀਹ ਨਹੀਂ ਦਿੰਦੇ ਟਾਈਮ ਦੀ ਕਮੀ ਸ਼ਾਇਦ ਉਸਤਾਦ ਨਾਲ ਕੋਈ ਨਹੀਂ ਟਾਈਮ ਹੁੰਦਾ ਉਹ ਵੀ ਦੁਕਾਨਦਾਰੀ ਕਰਦੇ ਅਸੀਂ ਵੀ ਕੰਮ ਸ਼ੰਮ ਕਰਦੇ ਹਾਂ ਉਹ ਫਿਰ ਨਹੀਂ ਟਾਈਮ ਲੱਗਦਾ ਹੁਣ ਵੀ ਆ ਬੱਚੇ ਪੜ੍ਹਾਉਣ ਡੇ ਟਾਈਮ ਕੱਢ ਕੇ ਇੰਜੀ ਮਸਲ 4 ਛੁੱਟੀਆਂ ਕਰਕੇ ਤੇ ਫਿਰ ਹੀ ਜਾਣਾ ਸ਼ੌਕ ਕਰਦੇ
ਡਿਊਰੀ ਵੀ ਚੇਤਰ ਦੇ ਵਿੱਚ ਕੋਲੀ ਘੁੱਟਿਆਂ ਦਾ ਉੱਡਦਾ ਪਿਆ, ਬੱਚਿਆਂ ਦਾ ਕਫ਼ ਉਹਦੇ 'ਚ ਵੀ ਸੀ, ਦੂਸਰੇ ਨੰਬਰ 'ਤੇ ਸਿਆਲਕੋਟ ਛਾਂਗੇ ਭਲਵਾਨ ਵਾਲੇ ਉੱਡਦੇ ਤੀਸਰੇ ਨੰਬਰ 'ਤੇ ਆਏ ਹਨ, ਅਤੇ ਬੱਚਿਆਂ ਦੀਆਂ ਬਾਜ਼ੀਆਂ ਲਾਈਆਂ ਉਹਨਾਂ ਬੂਟੇ ਦੇ ਨਾਲ, ਇਹਦੇ ਕੋਲ ਵੀ ਜੁੱਤ ਗਏ ਸੀ ਸੱਠਾਂ ਘੰਟਿਆਂ ਨੂੰ ਜੁੱਤਿਆ ਮਾਸ਼ਾਅੱਲਾ। ਉਸਮਾਨ ਭਾਈ ਗੱਲ ਕਰੋ। ਉਸਮਾਨ ਭਾਈ ਉਸਤਾਦ ਹੋਣਾ ਨੂੰ ਮੈਂ ਦੇਖ ਰਿਹਾ ਵਾਂ ਤਕਰੀਬਨ ਤੁਹਾਨੂੰ ਕੋਈ 15-16 ਸਾਲ ਤਾਂ ਮੈਨੂੰ ਹੋ ਗਏ ਆ ਇੱਥੇ ਟਾਈਮ ਦਿੰਦੇ ਹਾਂ ਦੇਖਦੇ ਹਾਂ, ਕਬੂਤਰਾਂ ਦੀਆਂ ਪਰਫੋਰਮੈਂਸਾਂ ਵੀ ਆਉਂਦੀਆਂ ਬੜਾ ਕੁਝ ਹੈ, ਕਬੂਤਰਬਾਜ਼ੀ ਦੇ ਵਿੱਚ ਤੁਹਾਡਾ ਜਨੂਨ ਕੀ ਹੈ, ਆਖਰ ਮੰਜ਼ਿਲ ਕੀ ਹੈ, ਇਰਾਦਾ ਕੀ ਹੈ ਜਿਹੜਾ ਤੁਸੀਂ ਇਹਨੂੰ ਚਲਾ ਰਹੇ ਹੋ, ਇੱਕ ਤੁਹਾਡੀ ਖੁਆਇਸ਼ ਕੀ? ਖੁਆਇਸ਼ ਦੇਖੋ ਇਨਸਾਨ ਦੀ ਜ਼ਿੰਦਗੀ ਇਸ਼ਤਿਹਾਰ ਦੀ ਖੁਆਇਸ਼ਾਂ ਤਾਂ ਖਤਮ ਨਹੀਂ ਹੁੰਦੀਆਂ ਜੀ, ਠੀਕ ਹੈ ਜੀ। ਅਤੇ ਇਹ ਸੀਜ਼ਨ ਦੇ ਸੀਜ਼ਨ ਤੁਸੀਂ ਦੇਖੋ ਪਹਿਲੇ 60-65 ਘੰਟੇ ਜਿਹੜੇ ਬਣਾਉਂਦੇ ਉਹ ਜਿੱਤ ਜਾਂਦੇ, ਸਾਨੂੰ ਉਹਨਾਂ ਵਿਨਰ ਹੁੰਦੇ ਹਾਂ ਸਿਆਲਕੋਟ ਦੇ, ਅਤੇ ਹੁਣ ਉਹਦੇ ਅੱਜ ਪੱਕਾ ਵੇਖ ਲਓ 100-100 ਘੰਟਾ ਬਣਾ ਕੇ ਲੋਕ ਜਿਹੜੇ ਨੇ ਨਹੀਂ ਜਿੱਤਦੇ, ਨਹੀਂ ਜਿੱਤ ਰਹੇ, ਠੀਕ ਹੈ। ਅਤੇ ਇਹਦਾ ਐਂਡ ਕੋਈ ਨਹੀਂ, ਕਬੂਤਰਬਾਜ਼ੀ ਦਾ ਕੋਈ ਐਂਡ ਕੋਈ ਨਹੀਂ, ਕਹੋ ਨਾ ਕਿ ਇਹਦਾ ਐਂਡ ਨਹੀਂ, ਬਸ ਸਟਰਗਲ ਕਰਦੇ ਰਹੇ ਹੋ ਕਰਦੇ ਰਹੀ ਦਾ, ਬਸ ਫਿਰ ਇਸ ਤਰ੍ਹਾਂ ਹੀ ਬਸ ਸ਼ੌਕ ਆ ਆਪਣਾ ਟਾਈਮ ਕਾਰੋਬਾਰ ਦੇ ਵਿੱਚ ਆਪਣਾ ਟਾਈਮ ਵੀ ਕੱਢੀ ਦਾ ਸ਼ੌਕ ਕਰ ਰਹੇ ਹਾਂ। ਬਾਕੀ ਸਾਡੇ ਆਈਡੀਅਲ ਜਿਹੜੇ ਨੇ ਉਸਤਾਦ ਗੁਲਜ਼ਾਰ ਸਾਹਿਬ ਨੇ, ਸਾਡੇ ਉਸਤਾਦ ਵੀ ਨੇ ਜੀ, ਅਤੇ ਜੋ ਮੈਂ ਸਿੱਖਿਆ ਸਿੱਖਣਾ ਮੈਂ ਕਿਉਂਕਿ ਇਹਦਾ ਐਂਡ ਕੋਈ ਨਹੀਂ ਅਜੇ, ਕੋਈ ਵੀ ਇਨਸਾਨ ਕਹਿੰਦਾ ਉਹ ਉਸਤਾਦ ਨੂੰ ਪੁੱਛੋ ਕਹਿੰਦੇ ਮੈਂ ਖੁਦ ਸਿੱਖਣਾ ਪਿਆ, ਇੰਨਾ ਵੱਡੀ ਕਿਹੜੀ ਗੱਲ ਜੇ ਜੀ, ਬਿਲਕੁਲ ਠੀਕ ਹੈ ਬਿਲਕੁਲ। ਅਤੇ ਬਾਕੀ ਜਿਹਨੇ ਕਬੂਤਰ ਜਿਹਨੇ ਤੁਹਾਨੂੰ ਦਿਖਾਏ ਨੇ ਉਸਤਾਦ ਨਾਲ ਦੱਸਦੇ ਨੇ, ਠੀਕ ਹੈ। ਮੈਂ ਕੋਈ ਵੀ ਕਬੂਤਰ ਖੁਦ ਵੀ, ਵੈਸੇ ਤਾਂ ਮੈਂ ਕਦੀ ਖਰੀਦਿਆ ਹੀ ਨਹੀਂ, ਜੇ ਮੈਂ ਕੋਈ ਖੁਦ ਵੀ ਖਰੀਦਦਾ ਤਾਂ ਮੈਂ ਜਿੱਦਾਂ ਉਸਤਾਦ ਨਾਲ ਚੈੱਕ ਨਹੀਂ ਨਾ ਕਰਾਉਣਾ, ਮੈਂ ਮੁਤਮਿਨ ਨਹੀਂ ਹੁੰਦਾ, ਅਤੇ ਉਹਨਾਂ ਨੇ ਫਿਰ ਕਹਿਣਾ ਨਹੀਂ ਰੱਖਣਾ, ਫਿਰ ਮੈਂ ਨਹੀਂ ਰੱਖਿਆ, ਭਾਵੇਂ ਮੈਂ 10-10 ਦਾ ਲਿਆ ਜਾਂ 15 ਦਾ ਲਿਆ 20 ਦਾ, ਮੈਂ ਨਹੀਂ ਉਹ ਕਬੂਤਰ ਰੱਖਿਆ, ਬਸ ਆਪਣੇ ਆਪਣੇ ਇੱਕ ਇਨਸਾਨ ਦੇ ਹੁੰਦਾ। ਅੱਛੀ ਗੱਲ ਹੈ, ਜਦੋਂ ਯਕੀਨ ਜੀ ਹੋ ਗਿਆ ਤੁਹਾਨੂੰ, ਤੁਸੀਂ ਇੱਕ ਚੀਜ਼ ਨੂੰ ਟੈਸਟ ਕਰ ਲਿਆ ਤਾਂ ਉਹਦੇ ਵਿੱਚ ਤੁਹਾਡਾ ਕੰਫੀਡੈਂਸ ਮੁਕੰਮਲ ਹੋ ਗਿਆ। ਬਿਲਕੁਲ ਲੋ ਜੀ ਸਰ, ਬਹੁਤ ਬਹੁਤ ਸ਼ੁਕਰੀਆ, ਬੜਾ ਮਜ਼ਾ ਆਇਆ ਕਾਲ ਕਰਕੇ ਵੀ, ਔਰ ਤੁਹਾਡੀ ਮਾਸ਼ਾਅੱਲਾ ਗੁਫ਼ਤਗੂ ਦਾ ਵੀ ਔਰ ਤੁਹਾਡੇ ਕਬੂਤਰਾਂ ਦਾ ਵੀ। ਲੋ ਜੀ ਦੋਸਤੋ, ਆਪਣਾ ਖਿਆਲ ਰੱਖਿਓ, ਇਨਸ਼ਾਅੱਲਾ ਤਾਲਾ 7 ਵਜੇ ਤੁਹਾਨੂੰ 7:30 ਵਜੇ ਇਨਸ਼ਾਅੱਲਾ ਉਸਤਾਦ ਮੋਈਨਵਾਜ਼ ਘੁੰਮਣ ਦੀ ਛੱਤ ਘਰ ਤੋਂ ਉਹਨਾਂ ਨਾਲ ਗੱਪਸ਼ਪ ਕਰਾਂਗੇ, ਔਰ ਉੱਥੋਂ ਲਾਈਵ ਹੁੰਦੇ ਹਾਂ, ਸਾਡੇ ਨਾਲ ਰਹੋ, ਔਰ ਇਹਨੂੰ ਲਾਈਕ ਕਰੋ ਔਰ ਸ਼ੇਅਰ ਕਰੋ। ਬਹੁਤ ਬਹੁਤ ਸ਼ੁਕਰੀਆ, ਅੱਲਾ ਹਾਫਿਜ਼।